ਬਹੁਤ ਵਧੀਆ ਜਿਸ ਤਰ੍ਹਾਂ ਸੁਣਿਆ ਸੀ ਮੈਂ ਯੂਟਿਊਬ ਦੇ ਉੱਪਰ ਦੇਖਿਆ ਸੀ ਪਰ ਆ ਕੇ ਤਾਂ ਬਿਲਕੁਲ ਲਾਈਵ ਜਿਹੜੀ ਐਂਬੀਅੰਸ ਦੇਖੀ ਇਹਦੀ ਬਹੁਤ ਮਜ਼ੇਦਾਰ ਐਂਬੀਅੰਸ ਹੈ ਫਿਰ ਕੈਟਰਿੰਗ ਵਗੈਰਾ ਖਾਣਾ ਵਗੈਰਾ ਬਹੁਤ ਵਧੀਆ ਪੂਲ ਵਗੈਰਾ ਬੜਾ ਵਧੀਆ ਹੈ ਅਸੀਂ ਸਪੈਸ਼ਲ ਅੰਮ੍ਰਿਤਸਰ ਤੋਂ 160-170 ਕਿਲੋਮੀਟਰ ਸਫ਼ਰ ਕਰਕੇ ਆਏ ਹਾਂ ਸਪੈਸ਼ਲ ਇਸ ਜਗ੍ਹਾ ਦੇ ਬਾਰੇ ਸੁਣਿਆ ਸੀ ਬਹੁਤ ਅੱਛੀ ਜਗ੍ਹਾ ਬੜਾ ਅੱਛਾ ਲੱਗਿਆ ਆ ਕੇ ਇੱਥੇ ਅਤੇ ਅਸੀਂ ਆਏ ਹਾਂ ਜ਼ੀਰਕਪੁਰ ਤੋਂ ਮੈਂ ਮੇਰੀ ਵਾਈਫ ਅਤੇ ਮੇਰਾ ਬੇਟਾ ਬ੍ਰਦਰ ਦੀ ਸੈਲੀਬ੍ਰੇਸ਼ਨ ਕਰਨ ਅਤੇ ਅਸੀਂ ਪੁੱਜੇ ਹਾਂ ਅਤੇ ਹੁਣ ਬਸ ਸੈਲੀਬ੍ਰੇਸ਼ਨ ਔਨ ਹੈ ਅਤੇ ਰਾਤ ਤੱਕ ਔਨ ਹੀ ਰਹਿਣੀ ਹੈ ਸਤਿ ਸ਼੍ਰੀ ਅਕਾਲ ਜੀ ਦੈਨਿਕ ਉਜਾਲਾ ਦੇ ਨਾਲ ਅੱਜ ਅਸੀਂ ਆ ਗਏ ਹਾਂ ਗੇੜੀ ਛੇੜੀ ਲਾਉਣ ਪੰਜਾਬ ਦੀ ਇੱਕ ਐਸੀ ਪਲੇਸ ਦੇ ਉੱਪਰ ਜਿੱਥੇ ਪੂਰਾ ਪੰਜਾਬ ਕਰਦਾ ਇੰਜੋਏ ਅਤੇ ਖਾਲੀ ਪੰਜਾਬ ਹੀ ਨਹੀਂ ਔਰ ਸੁਣਨ ਵਿੱਚ ਆਇਆ ਕਿ ਪੰਜਾਬ ਤੋਂ ਬਾਹਰ ਵੀ ਲੋਕ ਬੜਾ ਇੰਜੋਏ ਕਰ ਰਹੇ ਨੇ ਉਹਦਾ ਨਾਂ ਹੈ ਜੱਥੇਦਾਰ ਫਾਰਮ ਜੋ ਕਿ ਪੰਜਾਬ ਦੇ ਨਾਲ ਨਵਾਂ ਸ਼ਹਿਰ ਅਤੇ ਨਾਲ ਇੱਕ ਲੱਗਦੇ ਪਿੰਡ ਦੇ ਵਿੱਚ ਬਣਾਇਆ ਗਿਆ ਅਤੇ ਚਲੋ ਗੱਲ ਕਰਦੇ ਹਾਂ ਜੱਥੇਦਾਰ ਫਾਰਮ ਦੇ ਜਿਹੜੇ ਓਨਰ ਹੈਗੇ ਆ ਕਰਦੇ ਉਹਨਾਂ ਦੇ ਨਾਲ ਗੱਲਬਾਤ ਕਿਵੇਂ ਉਹਨਾਂ ਦੀ ਸੋਚ ਆਈ ਕਿ ਇਹ ਜਿਹੜਾ ਫਾਰਮ ਜਿਹੜਾ ਉਹਨਾਂ ਨੇ ਬਣਾਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਫਾਰਮ 'ਤੇ ਆਉਣ ਲਈ ਪ੍ਰਭ ਜੀ ਤੁਹਾਡੀ ਤਾਰੀਫ ਤਾਂ ਅਸੀਂ ਬਹੁਤ ਸੁਣੀ ਆ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਈਆਂ ਲੋਕਾਂ ਦੇ ਨਾਲ ਕਹਿੰਦੇ ਕਿ ਪੰਜਾਬ ਦਾ ਸੱਭਿਆਚਾਰ ਆ ਉਹ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਵਾਹਿਗੁਰੂ ਦੀ ਕਿਰਪਾ ਜੀ ਅਤੇ ਅਸੀਂ ਪੰਜਾਬੀ ਹਾਂ ਜੀ ਕਿਉਂ ਨਾ ਆਪਣੇ ਪੰਜਾਬ ਦਾ ਸੱਭਿਆਚਾਰ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾਵੇ ਜੀ ਅਸੀਂ ਵੀ ਮੈਂ ਵੀ ਤੁਹਾਡੀਆਂ ਕਾਫੀ ਵੀਡੀਓ ਦੇਖੀਆਂ ਪਹਿਲਾਂ ਔਰ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਤਾਰੀਫ ਕੀਤੀ ਤੁਹਾਡੇ ਆਪਣੇ ਫਾਰਮ ਦੀ ਵੀ ਇਹ ਫਾਰਮ ਬਹੁਤ ਵਧੀਆ ਲੋਕ ਬੜਾ ਇੰਜੋਏ ਕਰਦੇ ਨੇ ਇੱਥੇ ਆ ਕੇ ਅਤੇ ਸਾਡੇ ਦਿਲੋਂ ਵੀ ਇੱਕ ਆਵਾਜ਼ ਆਈ ਕਿ ਕਿਉਂ ਨਾ ਅਸੀਂ ਵੀ ਉੱਥੇ ਜਾ ਕੇ ਪ੍ਰੈਕਟੀਕਲੀ ਜਾ ਕੇ ਦੇਖੀਏ ਲੋਕ ਗੱਲਾਂ ਹੀ ਕਰਦੇ ਜਾਂ ਅਸਲ ਸੱਚ ਕੀ ਹੈਗਾ ਪਰ ਇੱਥੇ ਤੁਸੀਂ ਕੀ ਦੇਖਿਆ ਜੀ ਫਿਰ ਇੱਥੇ ਆ ਕੇ ਇੱਥੇ ਆ ਕੇ ਦੇਖਿਆ ਕਿ ਹਰ ਬੰਦੇ ਦੇ ਫੇਸ ਦੇ ਉੱਪਰ ਇੱਕ ਸਮਾਈਲ ਔਰ ਕੁਝ ਲੋਕ ਤਾਂ ਪਹਿਲੀ ਵਾਰੀ ਆਏ ਔਰ ਕੁਝ ਲੋਕ ਪੁਰਾਣੇ ਆਏ ਹੋਏ ਸੀ ਔਰ ਕਹਿ ਰਹੇ ਕਿ ਅਸੀਂ ਲਗਾਤਾਰ ਇੱਥੇ ਆ ਰਹੇ ਹਾਂ ਬੜਾ ਇੰਜੋਏ ਕਰ ਰਹੇ ਨੇ ਅਤੇ ਅਸੀਂ ਸੋਚਿਆ ਕਿਉਂ ਨਾ ਅੱਜ ਫਿਰ ਤੁਹਾਡੇ ਨਾਲ ਵੀ ਗੱਲਬਾਤ ਕੀਤੀ ਜਾਏ ਵੀ ਸਭ ਤੋਂ ਪਹਿਲਾਂ ਦੱਸੋਗੇ ਆ ਜਿਹੜਾ ਤੁਹਾਡਾ ਤੁਹਾਡੀ ਸੋਚ ਕਿੱਥੋਂ ਸ਼ੁਰੂ ਹੋਈ ਕਿ ਆ ਜਿਹੜਾ ਕਨਸੈਪਟ ਤੁਸੀਂ ਇਹ ਲੈ ਕੇ ਆਇਓ ਮਾਰਕੀਟ ਦੇ ਵੈਸੇ ਹੋਰ ਵੀ ਕਾਫੀ ਚੱਲਦੇ ਆ ਪੰਜਾਬ ਦੇ ਵਿੱਚ ਪਰ ਤੁਹਾਡਾ ਜਿਹੜਾ ਕਨਸੈਪਟ ਆ ਮੈਂ ਜੋ ਦੇਖਣ ਵਿੱਚ ਆ ਰਿਹਾ ਨਾ ਬਾਕੀਆਂ ਨਾਲ ਕੁਝ ਵੱਖਰਾ ਹੀ ਆ ਹਾਂਜੀ ਹੈ ਨਾ ਇਹ ਪਹਿਲਾਂ ਕੌਨਸੈਪਟ ਮੇਰੇ ਦਿਮਾਗ 'ਚ ਇੱਦਾਂ ਹੈ ਕਿ ਮੈਂ ਆਪਦਾ ਹੀ ਇੱਕ ਫਾਰਮ ਹਾਊਸ ਬਣਾਉਣਾ ਚਾਹੁੰਦਾ ਸੀਗਾ ਸਿਰਫ ਆਪਣੇ ਵਾਸਤੇ ਅਤੇ ਮੇਰੇ ਦੋਸਤਾਂ ਵਾਸਤੇ ਜੀ ਅੱਛਾ ਜੀ ਅਤੇ ਫਿਰ ਹੌਲੀ ਹੌਲੀ ਇਹ ਆਈਡੀਆ ਡਿਵੈਲਪ ਹੁੰਦਾ ਗਿਆ ਜੀ ਅਤੇ ਅਸੀਂ ਸੋਚਿਆ ਵੀ ਜੋ ਆਪਣੇ ਲਈ ਬਣਾਉਣਾ ਚਾਹੁੰਦੇ ਹਾਂ ਵੀ ਥੋੜ੍ਹਾ ਬਹੁਤਾ ਇਹਨੂੰ ਕਮਰਸ਼ੀਅਲ ਵੀ ਕਰ ਲਈਏ ਜੀ ਅਤੇ ਉਹਦੇ ਕਰਕੇ ਫਿਰ ਇਹ ਆਈਡੀਆ ਸੀ ਹੋਰ ਅਪਡੇਟ ਕੀਤਾ ਜੀ ਗੱਲ ਫਿਰ ਆ ਗਈ ਨਾਲੇ ਦਾ ਇੱਕ ਸੇਵਾ ਤੇ ਨਾਲੇ ਫਲ ਤੇ ਨਾਲੇ ਫਲੀਆਂ ਫਲੀਆਂ ਜੀ ਬਿਲਕੁਲ ਬਿਲਕੁਲ ਦੋਨੋਂ ਹੀ ਕੰਮ ਕਰ ਰਹੇ ਬਿਲਕੁਲ ਜੀ ਬਿਲਕੁਲ ਇਹ ਕੰਮ ਵੈਸੇ ਨੇ ਕਹਿੰਦੇ ਬਹੁਤ ਸਾਰੇ ਕੰਮ ਇੱਦਾਂ ਦੇ ਹੁੰਦੇ ਆ ਕਿ ਜਿਹਦੇ ਵਿੱਚ ਇੰਜੋਏ ਵੀ ਹੋਏ ਅਤੇ ਫਲ ਵੀ ਹੋਏ ਅਤੇ ਫਲੀਆਂ ਵੀ ਹੋਏ ਅਤੇ ਸਾਰੇ ਕੰਮ ਵਿੱਚੇ ਹੋ ਜਾਣ ਅਤੇ ਪ੍ਰਭ ਜੀ ਆਹ ਮਜ਼ਾ ਲੈ ਰਹੇ ਹਨ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਹੁਣ ਮੇਰੇ ਦੋ ਹੀ ਕੰਮ ਹੱਲ ਹੋ ਰਿਹਾ ਜਦੋਂ ਮੇਰੇ ਸੱਜਣ ਮਿੱਤਰ ਆਉਂਦੇ ਅਤੇ ਅਸੀਂ ਇੰਜੋਏ ਵੀ ਕਰਦੇ ਹਾਂ ਅਤੇ ਵਿਹਲੇ ਟਾਈਮ 'ਤੇ ਅਸੀਂ ਕਮਾਈ ਵੀ ਕਰਦੇ ਹਾਂ ਜੀ ਹਾਂਜੀ ਕਮਾਈ ਤਾਂ ਜ਼ਰੂਰੀ ਆ ਜੀ ਬਿਲਕੁਲ ਜੀ ਬਿਲਕੁਲ ਕਿਉਂ ਕਮਾਈ ਹੋਏਗੀ ਤਾਂ ਅੱਗੋਂ ਆਪਾਂ ਹੋਰ ਇਹਦਾ ਵਾਧਾ ਕਰਾਂਗੇ ਹਾਂਜੀ ਬਿਲਕੁਲ ਜੀ ਤਾਂ ਹੀ ਆਪਾਂ ਅੱਗੇ ਵੱਧ ਸਕਦੇ ਹਾਂ ਜੀ ਸਾਨੂੰ ਇਸ ਚੀਜ਼ 'ਚ ਸਕਸੈਸ ਮਿਲੀ ਹੈ ਅਤੇ ਤਾਂ ਹੀ ਹੁਣ ਗਾਂਹ ਦੀ ਗਾਂਹ ਅਸੀਂ ਵਧੀ ਜਾ ਰਹੇ ਹਾਂ ਜੀ ਹਾਂਜੀ ਹਾਂਜੀ ਅਤੇ ਚਲੋ ਆਪਾਂ ਨੂੰ ਦਿਖਾਓ ਤਾਂ ਆਪਣਾ ਕਿਹੜਾ ਕਿਹੜਾ ਤੁਸੀਂ ਕੀ ਕੁਛ ਇੱਥੇ ਬਣਾਇਆ ਠੀਕ ਹੈ ਜੀ ਇੱਕ ਤਾਂ ਦੇਖ ਰਹੇ ਹਾਂ ਹਾਂ ਉੱਪਰ ਲਿਖਿਆ ਕਿਲ੍ਹਾ ਬਹਾਦਰਗੜ੍ਹ ਹਾਂ ਇਸ ਬਾਰੇ ਸਾਨੂੰ ਦੱਸੋ ਮਾੜਾ ਜਿਹਾ ਇਹ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਬਹਾਦਰ ਸਿੰਘ ਆ ਜੀ ਅਤੇ ਆਪਣੇ ਪਿਤਾ ਜੀ ਦੇ ਨਾਮ 'ਤੇ ਅਸੀਂ ਇਸ ਕਿਲ੍ਹੇ ਦਾ ਨਾਮ ਰੱਖਿਆ ਕਿਲ੍ਹਾ ਬਹਾਦਰਗੜ੍ਹ ਜੀ ਅੱਛਾ ਆਪਣੇ ਫਾਦਰ ਸਾਹਿਬ ਦੇ ਨਾਮ ਦੇ ਉੱਪਰ ਹਾਂਜੀ 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 ਬਿਲਕੁਲ ਦੇਖੋ ਜੀ ਕਿੰਨੀ ਵਧੀਆ ਸੋਚ ਹੈਗੀ ਆਪਣੇ ਪਿਤਾ ਦੀ ਜਿਹੜੀ ਆ ਸੋਚ ਨੂੰ ਜਿੰਦਾ ਰੱਖਿਆ ਇਹਨਾਂ ਨੇ ਯਾਨੀ ਕਿ ਰਹਿੰਦੀ ਦੁਨੀਆ ਤੱਕ ਜਿਹੜਾ ਬਹਾਦਰ ਕਿਲ੍ਹਾ ਬਹਾਦਰਗੜ੍ਹ ਯਾਨੀ ਕਿ ਬਹਾਦਰ ਸਿੰਘ ਦਾ ਨਾਮ ਜਿਹੜਾ ਨਾ ਇੱਥੇ ਕਾਇਮ ਰਹੇਗਾ ਬਿਲਕੁਲ ਹਾਂ ਚਲੋ ਤੁਸੀਂ ਵਧਾਈ ਦੇ ਪਾਤਰ ਹੋ ਜੀ ਥੈਂਕ ਯੂ ਜੀ ਥੈਂਕ ਯੂ ਅਤੇ ਚਲੋ ਹੋਰ ਅੱਗੇ ਚਲੀਏ ਦੇਖੀਏ ਕੁਛ ਚਲੋ ਆਓ ਜੀ ਆ ਜਾਓ ਇਹ ਹੈਗਾ ਇੱਥੇ ਉੱਪਰ ਲਿਖਿਆ ਹੈ ਜੰਝ ਘਰ ਹੈ ਨਾ
ਮੈਨੂੰ ਲੱਗਦਾ ਕਿ ਬੈਂਕਟ ਇਹ ਬੈਂਕਟ ਹਾਲ ਆ ਜੀ ਇਹ ਉੱਦਾਂ ਤਾਂ ਅੱਜ ਦੇ ਸਮੇਂ ਦੇ ਜੋ ਲਫ਼ਜ਼ ਆ ਜੀ ਇਹਨੂੰ ਬੈਂਕਟ ਹਾਲ ਕਹਿੰਦੇ ਹਾਂ ਪਰ ਜੋ ਸਾਡੇ ਪੁਰਾਣੇ ਸ਼ਬਦ ਸਾਡੀ ਦੇਸੀ ਭਾਸ਼ਾ ਸੀ ਉਹਦੇ ਵਿੱਚ ਅਸੀਂ ਇਹਨੂੰ ਜੰਝ ਘਰ ਕਹਿੰਦੇ ਸੀ ਯਾਨੀ ਕਿ ਸੱਭਿਆਚਾਰ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਗੱਲ ਆ ਗਈ ਮੁੜ ਘੁੜ ਕੇ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਜੀ ਹਰ ਚੀਜ਼ ਦਾ ਜਿਹੜਾ ਨਾਮ ਆ ਇਹਨਾਂ ਨੇ ਪੰਜਾਬੀ ਦੇ ਵਿੱਚ ਨਹੀਂ ਤਾਂ ਇੰਗਲਿਸ਼ ਦੇ ਵਿੱਚ ਬੈਂਕਟ ਹਾਲ ਕਹਿੰਦੇ ਆ ਪਰ ਇਹਨਾਂ ਨੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਕਹਿੰਦੇ ਵੀ ਲੋਕਾਂ ਦੇ ਦਿਮਾਗ 'ਚ ਅੱਜ ਵੀ ਪੁਰਾਣੀਆਂ ਗੱਲਾਂ ਯਾਦ ਰਹਿਣ ਬਿਲਕੁਲ ਜੀ ਕਿਆ ਬਾਤ ਹੈ ਬਹੁਤ ਖੁਸ਼ੀ ਹੋਈ ਸਾਨੂੰ ਚਲੋ ਹੋਰ ਦਿਖਾਓ ਜੀ ਕੁਛ ਅੱਗੇ ਹਾਂਜੀ ਪ੍ਰਭ ਜੀ ਅੱਗੇ ਮੈਂ ਦੇਖ ਰਿਹਾ ਆ ਗਿਆ ਲਿਖਿਆ ਰੰਗਲਾ ਪੰਜਾਬ ਵਾਹ ਜੀ ਕਿਆ ਬਾਤ ਹੈ ਅਤੇ ਰੰਗਲਾ ਪੰਜਾਬ ਪੰਜਾਬ ਤਾਂ ਵੈਸੇ ਦੇਖਣ ਨੂੰ ਤਾਂ ਸਾਨੂੰ ਮਿਲਦਾ ਨਹੀਂ ਪਰ ਤੁਹਾਡੀ ਇੱਥੇ ਫਾਰਮ ਦੇ ਵਿੱਚ ਆ ਕੇ ਇੱਕ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਬਿਲਕੁਲ ਰੰਗਲਾ ਪੰਜਾਬ ਕਿਆ ਬਾਤ ਹੈ ਜੀ ਪੁਰਾਣਾ ਸਮਾਨ ਇੱਥੇ ਰੱਖਿਆ ਹੋਇਆ ਜੀ ਲਿਆ ਕੇ ਆਪਣਾ ਜੋ ਵੀ ਸਾਨੂੰ ਪੁਰਾਣੀ ਚੀਜ਼ਾਂ ਲੱਭਦੀਆਂ ਕਿਤੇ ਵੀ ਹੁਣ ਵੀ ਲੱਭੀ ਜਾ ਰਹੇ ਹਾਂ ਜੀ ਕੁਛ ਵੀ ਸਾਨੂੰ ਲੱਭਦਾ ਆ ਅਤੇ ਅਸੀਂ ਉਹ ਖਰੀਦ ਕੇ ਫਿਰ ਵਾਪਸ ਇੱਥੇ ਲੈ ਆਉਂਦੇ ਹਾਂ ਜੀ ਉਹਨੂੰ ਇੱਥੇ ਸਜਾ ਕੇ ਰੱਖ ਲੈਂਦੇ ਹਾਂ ਆਪਣੇ ਕੋਲ ਬੜਾ ਵਧੀਆ ਜੀ ਰੰਗਲਾ ਪੰਜਾਬ ਅਤੇ ਖੂਹ ਦੀਆਂ ਸਾਹਮਣੇ ਤੁਹਾਡੇ ਆਪਣੇ ਟਿੰਡਾਂ ਖੂਹ ਦੀਆਂ ਟਿੰਡਾਂ ਟਿੰਡਾਂ ਅਤੇ ਮੇਰੇ ਖਿਆਲ ਜਿਹੜੀ ਆਪਾਂ ਗੱਲ ਕਰ ਰਹੇ ਨਾ ਖੂਹ ਦੀਆਂ ਟਿੰਡਾਂ ਹਾਂਜੀ ਮੇਰੇ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਆ ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਬਿਲਕੁਲ ਜੀ ਦੇਖੋ ਮੈਂ ਵੀ ਇਹ ਖੜ੍ਹੇ ਖੂਹ ਦੇਖੇ ਸੀਗੇ ਮੈਂ ਜਿੰਨੀ ਵਾਰ ਵੀ ਕਿਤੇ ਘੁੰਮਣ ਫਿਰਨ ਦਾ ਮੈਂ ਸ਼ੌਕੀਨ ਹਾਂ ਜੀ ਮੈਂ ਜਿੱਥੇ ਵੀ ਜਾਂਦਾ ਖੜ੍ਹੇ ਖੂਹ ਦੇਖੇ ਪਰ ਮੈਂ ਚੱਲਦਾ ਆਪਣੇ ਪਹਿਲੀ ਵਾਰ ਦੇਖਿਆ ਖੂਹ ਦੀਆਂ ਟਿੰਡਾਂ ਨਹੀਂ ਦੇਖੀਆਂ ਤੁਸੀਂ ਪੂਰੀਆਂ ਖੂਹ ਦੀਆਂ ਟਿੰਡਾਂ ਦੇਖੀਆਂ ਪਰ ਗਿੜਦੀਆਂ ਨਹੀਂ ਦੇਖੀਆਂ ਗਿੜਦਾ ਪਾਣੀ ਨਹੀਂ ਦੇਖਿਆ ਹਾਂ ਪਾਣੀ ਗਿੜਦਾ ਨਹੀਂ ਦੇਖਿਆ ਪਾਣੀ ਗਿੜਦਾ ਅਸੀਂ ਆਪਣੇ ਇੱਥੇ ਦੇਖਿਆ ਜੀ ਮੈਂ ਵੈਸੇ ਤਾਂ ਚਲੋ ਤੁਸੀਂ ਸਾਡੇ ਨਾਲ ਮੈਨੂੰ ਛੋਟੇ ਹੋ ਕਾਫੀ ਹਾਂਜੀ ਹਾਂਜੀ ਪਰ ਅਸੀਂ ਇਹ ਚੀਜ਼ਾਂ ਦੇਖੀਆਂ ਅਸੀਂ ਵੀ ਬਹੁਤ ਛੋਟੇ ਸੀਗੇ ਹਾਂਜੀ ਹਾਂਜੀ ਬਾਕੀ ਉਹ ਨਜ਼ਾਰਾ ਅਲੱਗ ਹੀ ਸੀਗਾ ਬੜਾ ਵੱਖਰਾ ਨਜ਼ਾਰਾ ਹੁੰਦਾ ਸੀ ਉਹ ਦੇਖੀਦੇ ਸੀ ਨਾ ਪਿੰਡਾਂ ਵਿੱਚ ਜਾਈਦਾ ਸੀ ਇੱਦਾਂ ਟਿੰਡਾਂ 'ਚ ਪਾਣੀ ਨਿਕਲਦਾ ਸੀ ਅਤੇ ਅੱਜ ਇੱਥੇ ਦੇਖ ਕੇ ਸਾਨੂੰ ਆਪਣਾ ਨਾ ਪੁਰਾਣਾ ਬਚਪਨ ਯਾਦ ਆ ਗਿਆ ਬਿਲਕੁਲ ਜੀ ਬਿਲਕੁਲ ਕਿਆ ਬਾਤ ਆ ਜੀ ਬਹੁਤ ਵਧੀਆ ਲੱਗ ਰਿਹਾ ਅਤੇ ਹੋਰ ਦਿਖਾਓ ਆਪਣੇ ਇੱਥੇ ਸਾਨੂੰ ਕੋਈ ਤੁਹਾਡੇ ਖਾਸ ਪਿੱਛੇ ਚੱਲਦੇ ਹਾਂ ਜੀ ਜੰਗਲ ਸਟੇਜ ਅੱਛਾ ਜੰਗਲ ਸਟੇਜ ਕਿਆ ਬਾਤ ਆ ਜੀ ਬਹੁਤ ਵਧੀਆ ਇਨਵਾਇਰਮੈਂਟ ਬੜਾ ਵਧੀਆ ਜੀ ਇੱਥੇ ਹਾਂਜੀ ਬਿਲਕੁਲ ਜੀ ਤੁਹਾਨੂੰ ਇੱਧਰ ਨਾਲੋਂ ਪਿੱਛੇ ਜਦੋਂ ਆਪਾਂ ਜਾਵਾਂਗੇ ਤੁਹਾਨੂੰ ਟੈਂਪਰੇਚਰ ਦੇ ਵਿੱਚ ਵੀ ਕਾਫੀ ਮਹਿਸੂਸ ਹੋਊਗਾ ਵੀ ਟੈਂਪਰੇਚਰ ਲੋਅ ਆ ਜੀ ਮੇਰੇ ਖਿਆਲ ਇੱਥੇ ਅਗਰ ਮੈਡੀਟੇਸ਼ਨ ਕੀਤੀ ਤਾਂ ਨਜ਼ਾਰਾ ਵੱਖਰਾ ਬਿਲਕੁਲ ਜੀ ਬਹੁਤ ਕਰਦੇ ਆ ਜੀ ਸੁਬਹਾ ਸੁਬਹਾ ਸਾਡੇ ਕੋਲ ਜਿਹੜੇ ਗੈਸਟ ਰਹਿਣ ਆਉਂਦੇ ਉਹ ਮੈਡੀਟੇਸ਼ਨ ਬਹੁਤ ਕਰਦੇ ਜੀ ਹਾਂਜੀ 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 ਆ ਜਾਓ ਜੀ ਹਾਂਜੀ ਪ੍ਰਭ ਜੀ ਹਾਂਜੀ ਆਓ ਰੰਗਲਾ ਪੰਜਾਬ ਤਾਂ ਆਪਾਂ ਲਿਆ ਵੇਖ ਹਾਂਜੀ ਅਤੇ ਹੁਣ ਕੁਛ ਮੋਡਰਨ ਵੀ ਦਿਖਾਓ ਆਓ ਜੀ ਤੁਹਾਨੂੰ ਜੰਗਲ ਸਟੇਜ ਲੈ ਕੇ ਚੱਲਦੇ ਆ ਜੀ ਜੰਗਲ ਸਟੇਜ ਬਿਲਕੁਲ ਜੀ ਯਾਨੀ ਕਿ ਛੱਡਣਾ ਨਹੀਂ ਤੁਸੀਂ ਕੁਛ ਬਿਲਕੁਲ ਜੀ ਆਵਾਜ਼ ਆ ਜੀ ਹਾਂਜੀ ਇਹੀ ਤਾਂ ਮਜ਼ਾ ਲੱਗਦਾ ਕਿ ਤੁਸੀਂ ਅੱਜ ਮੈਨੂੰ ਪੂਰਾ ਇੰਜੋਏ ਕਰਾਓਗੇ ਤੁਸੀਂ ਇੱਥੇ ਹਾਂਜੀ 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 ਬਿਲਕੁਲ ਵਾਹ ਕਿਆ ਬਾਤ ਆ ਜੀ ਅੰਦਰ ਖੁਸ਼ਬੋ ਹੀ ਇੰਨੀ ਵਧੀਆ ਆ ਰਹੀ ਹੈ ਕਿ ਦਿਲ ਕਰਦਾ ਕਿ ਹਾਂਜੀ ਇਹ ਪਰਸਨਲ ਕੋਟੇਜਸ ਬਣਾਏ ਆ ਜੀ ਅਸੀਂ ਅੱਛਾ ਜੀ ਅਤੇ ਇਹ ਪੂਰਾ ਹੀ ਏਰੀਆ ਪ੍ਰਾਈਵੇਟ ਕੀਤਾ ਆ ਇਹਦੇ ਵਿੱਚ ਸਿਰਫ ਉਹੀ ਪਰਸਨਸ ਆ ਸਕਦੇ ਆ ਜਿਨ੍ਹਾਂ ਨੇ ਕੋਟੇਜਸ ਬੁੱਕ ਕਰਾਏ ਆ ਜੀ ਅੱਛਾ ਅਤੇ ਜਿੱਦਾਂ ਸਾਡੇ ਕੋਲ ਡੇ ਆਊਟ ਲਈ ਕਸਟਮਰਸ ਆਉਂਦੇ ਆ ਉਹਨਾਂ ਦੀ ਇੱਥੇ ਕੋਈ ਐਂਟਰੀ ਨਹੀਂ ਹੈਗੀ ਜੀ ਇੱਥੇ ਸਿਰਫ ਉਹੀ ਆ ਸਕਦੇ ਜਿਨ੍ਹਾਂ ਨੇ ਬਿਲਕੁਲ ਹੀ ਪਰਸਨਲ ਇਹਨੂੰ ਬੁੱਕ ਕਰਨਾ ਜੀ ਅਤੇ ਇਹਦਾ ਕਿੰਨਾ ਕੁ ਰੈਂਟ ਦਾ ਕਿੰਨਾ ਕੁ ਹੈਗਾ ਇਹਦਾ 6000 ਰੁਪਈਆ ਰੈਂਟ ਆ ਜੀ ਇੱਕ ਕੋਟੇਜ ਦਾ ਜੀ ਇੱਕ ਕੋਟੇਜ 'ਚ 4 ਅਡਲਟ ਸਟੇ ਕਰ ਸਕਦੇ ਆ ਜੀ ਅੱਛਾ 4 ਬੰਦੇ ਜਾਣੀ ਕਿ ਸਟੇ ਕਰ ਸਕਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਅਤੇ ਇਹਦੇ ਵਿੱਚ 6000 ਦੇ ਵਿੱਚ ਕੀ ਕੁਛ ਦੇ ਰਹੇ ਹੋ ਤੁਸੀਂ ਅਸੀਂ ਅਕੋਮੋਡੇਸ਼ਨ ਦੇ ਰਹੇ ਹਾਂ ਜੀ ਪ੍ਰਾਈਵੇਟ ਪੂਲ ਅਤੇ ਪ੍ਰਾਈਵੇਟ ਗਾਰਡਨ ਏਰੀਆ ਦੇ ਰਹੇ ਹਾਂ ਜੀ ਫੂਡ ਵੀ ਦੇ ਰਹੇ ਹੋ ਨਾਲ ਨਹੀਂ ਫੂਡ ਐਕਸਟਰਾ ਜੀ ਫੂਡ ਐਕਸਟਰਾ ਫੂਡ ਐਕਸਟਰਾ ਫੂਡ ਦੇ ਲਈ ਅਸੀਂ ਇੱਕ ਪੈਕੇਜ ਬਣਾਇਆ ਹੋਇਆ ਜੀ 2500 ਰੁਪਈਆ ਪਰ ਪਰਸਨ ਉਹਦੇ ਵਿੱਚ ਅਸੀਂ ਤੁਹਾਨੂੰ ਸਟੇ ਵੀ ਦੇ ਰਹੇ ਹਾਂ ਜੀ ਲੰਚ ਵੀ ਦੇ ਰਹੇ ਹਾਂ ਹਾਈ ਟੀ ਡਿਨਰ ਅਤੇ ਬ੍ਰੇਕਫਾਸਟ ਵੀ ਦੇ ਰਹੇ ਹਾਂ ਜੀ ਬੜੀਆਂ ਫੈਸਿਲਿਟੀਆਂ ਤੁਹਾਡੇ ਕੋਲ ਹਾਂਜੀ 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 ਬਿਲਕੁਲ ਜੀ ਬਿਲਕੁਲ ਜਿੱਦਾਂ ਤੁਸੀਂ 6000 ਦੀ ਗੱਲ ਕੀਤੀ ਹੈ 6000 ਦੇ ਵਿੱਚ 4 ਬੰਦੇ ਸਟੇ ਕਰ ਸਕਦੇ ਦੇਖਿਆ ਜਾਵੇ ਐਵਰੇਜ ਕੱਢੀ 1500 ਰੁਪਈਆ ਪਰ 1500 ਰੁਪਏ ਬਿਲਕੁਲ ਜੀ ਬਿਲਕੁਲ 1000 ਰੁਪਈਆ ਸਿਰਫ ਫੂਡ ਦਾ ਅਸੀਂ ਲੈਂਦੇ ਹਾਂ ਉਹ ਵੀ 4 ਟਾਈਮ ਦਾ ਉਹ ਵੀ 4 ਅੱਛਾ 4 ਟਾਈਮ ਦਾ 1000 ਰੁਪਈਆ ਹਾਂਜੀ 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 ਲਓ ਜੀ ਮੈਨੂੰ ਤਾਂ ਦਿਲ ਕਰਦਾ ਕਿ ਸਾਨੂੰ ਸਾਡੇ ਵਾਸਤੇ ਫ੍ਰੀ ਹੈ ਕਿ ਸਾਡੇ ਕੋਲ ਪੇਮੈਂਟ ਤੁਸੀਂ ਆਓ ਜੀ ਤੁਸੀਂ ਆਉਂਦੇ ਨਹੀਂ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਤੁਸੀਂ ਆਓ ਸਾਡੇ ਕੋਲ ਕੋਈ ਨਹੀਂ ਬਣਾਉਂਦੇ ਹਾਂ ਪ੍ਰੋਗਰਾਮ ਹੁਣ ਅਸੀਂ ਵੀ ਦਿਲ ਤੇ ਕਰ ਰਹੇ ਇਹਦਾ ਸਵਿਮਿੰਗ ਪੂਲ ਵੀ ਦਿਖਾ ਦਿੰਦਾ ਜੀ ਜੋ ਇਹਦਾ ਸਵਿਮਿੰਗ ਪੂਲ ਆ ਉਹ ਬਿਲਕੁਲ ਹੀ ਵੱਖਰਾ ਸਵਿਮਿੰਗ ਪੂਲ ਆ ਉਹ ਸਿਰਫ ਇਹੀ ਜਿਹੜੇ ਗੈਸਟ ਹੈ ਐਕਸੈਸ ਕਰ ਸਕਦੇ ਇਹਨੂੰ ਜਿੱਦਾਂ ਹੋਰ ਪਰਸਨਲ ਕੋਈ ਵੀ ਇਹਨੂੰ ਐਕਸੈਸ ਨਹੀਂ ਕਰ ਸਕਦਾ ਸਿਰਫ ਉਹੀ ਕਰ ਸਕਦੇ ਆ ਜਿਨ੍ਹਾਂ ਨੇ ਇਹ ਕੋਟੇਜ ਲਿਆ ਜਿਨ੍ਹਾਂ ਨੇ ਕੋਟੇਜ ਲਿਆ ਯਾਨੀ ਕਿ ਬਾਕੀ ਜਿਹੜੇ ਉੱਧਰ ਆਪਣੇ ਆਉਂਦੇ ਆ ਟਿਕਟ ਸਿਸਟਮ ਵਾਲੇ ਆ ਉਹ ਸਿਰਫ ਉੱਧਰ ਐਂਟਰੀ ਆ ਹਾਂ ਉਹਨਾਂ ਦੇ ਉੱਧਰ ਆ ਇੱਧਰ ਸਿਰਫ ਤੇ ਸਿਰਫ ਉਹੀ ਆ ਜਿਨ੍ਹਾਂ ਨੇ ਕੋਟੇਜ ਲਿਆ ਬਿਲਕੁਲ ਸਰ ਬਿਲਕੁਲ ਜੀ ਹਾਂ ਚਲੋ ਇੱਕ ਪ੍ਰਾਈਵੇਸੀ ਹੁੰਦੀ ਆ ਹਾਂਜੀ 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 ਬਿਲਕੁਲ ਜੀ ਹਾਂ ਕਿਆ ਬਾਤ ਆ ਕਿਆ ਫੀਲ ਆ ਰਿਹਾ ਜੀ ਪ੍ਰਭ ਜੀ ਕਮਾਲ ਹੀ ਕਰਤੀ ਤੁਸੀਂ ਤੇ ਪੂਰਾ ਪੰਜਾਬ ਤੇ ਕਵਰ ਕਰ ਹੀ ਲਿਆ ਰੰਗਲਾ ਪੰਜਾਬ ਹੋ ਗਿਆ ਤੇ ਨਾਲ ਇੱਧਰ ਆਪਾਂ ਮਾਡਰਨ ਵੀ ਕਵਰ
ਪ੍ਰਭ ਜੀ ਮੈਨੂੰ ਤਾਂ ਪੂਰਾ ਨਾ ਜੰਗਲ ਹੀ ਦਿਖਾਈ ਦੇ ਰਿਹਾ ਮੈਨੂੰ ਇੱਦਾਂ ਲੱਗ ਰਿਹਾ ਜਿਵੇਂ ਮੈਂ ਕਿਸੇ ਜੰਗਲ ਦੇ ਵਿੱਚ ਮੰਗਲ ਲੱਗਾ ਹੁੰਦਾ ਨਾ। ਹਾਂਜੀ 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 ਬਹੁਤ ਸਿਆਣੇ ਦੀ ਗੱਲ ਕਹਿੰਦੇ ਜੰਗਲ ਦੇ ਵਿੱਚ ਮੰਗਲ ਲੱਗ ਗਿਆ ਆ ਪੇੜ ਵੀ ਲੱਗੇ ਹੋਏ ਨੇ ਤੇ ਆ ਪੇੜ ਕਿਹੜੇ ਕਿਹੜੇ ਪੇੜ ਹੈਗੇ ਆ ਇਹ ਇੱਥੇ ਜਿਹੜੇ ਬੜੇ ਪੇੜ ਦੇਖ ਰਹੇ ਹਾਂ ਜੀ ਇਹ ਹੈਗੇ ਪਾਪੂਲਰ ਦੇ ਦਰਖਤ ਹੈਗੇ ਆ ਜੀ ਇਹਨਾਂ ਦਾ ਦੋ ਫਾਇਦੇ ਆ ਜੀ ਜਿੱਦਾਂ ਹੁਣ ਗਰਮੀਆਂ ਆ ਤਾਂ ਇਹਨਾਂ ਦੀ ਪੂਰੀ ਛਾਂ ਰਹਿੰਦੀ ਆ ਜੀ ਜਦੋਂ ਸਰਦੀਆਂ ਆ ਜਾਂਦੇ ਆ ਤਾਂ ਇਹਨਾਂ ਦੇ ਪੱਤੇ ਝੜ ਜਾਂਦੇ ਤਾਂ ਪੂਰੀ ਧੁੱਪ ਆ ਜਾਂਦੀ ਆ ਜੀ ਫਿਰ ਅਸੀਂ ਆਪਣੇ ਗੈਸਟ ਦੇ ਲਈ ਜਿੱਦਾਂ ਹੁਣ ਆੜੂਆਂ ਦੇ ਪਿੱਛੇ ਦਰਖਤ ਲੱਗੇ ਆ ਜੀ ਬਹੁਤ ਆੜੂ ਲੱਗੇ ਆ ਫਿਰ ਨਾਲ ਕਿੰਨੂ ਲੱਗਿਆ ਆ ਉੱਧਰ ਅਮਰੂਦ ਲੱਗੇ ਹੋਏ ਆ ਜੀ ਫਿਰ ਨਿੰਬੂ ਲੱਗੇ ਆ ਜਾਣੀ ਕਿ ਨੈਚੁਰਲ ਫਰੂਟ ਜੋ ਵੀ ਹੈਗਾ ਸਾਰਾ ਹੀ ਅਸੀਂ ਇਹਦੇ ਵਿੱਚ ਹੀ ਦੇ ਦਿੱਤਾ ਜੀ ਗੈਸਟ ਆਉਂਦੇ ਆ ਆਪੇ ਤੋੜ ਖਾਈ ਜਾਂਦੇ ਮੈਨੂੰ ਲੱਗਦਾ ਫਿਰ ਤਾਂ ਗੈਸਟ ਮੈਨੂੰ ਲੱਗਦਾ ਜਾਣ ਦਾ ਨਾਂ ਹੀ ਲੈਂਦੇ ਬਿਲਕੁਲ ਜੀ ਬਿਲਕੁਲ ਦੋ ਦੋ ਤਿੰਨ ਦਿਨ ਵਾਪਸ ਨਹੀਂ ਜਾਂਦੇ ਹੋਣੇ ਫਿਰ ਬਿਲਕੁਲ ਜੀ ਬਸ ਫਿਰ ਵੀ ਮਜਬੂਰੀਆਂ ਕਾਰਨ ਜਾਣਾ ਪੈਂਦਾ ਕੰਮਾਂ ਕਾਰਨ ਨੂੰ ਵੀ ਦੇਖਣਾ ਪੈਂਦਾ ਬਟ ਫਿਰ ਵੀ ਬਹੁਤ ਇੰਜੋਏ ਕਰਦੇ ਤੁਸੀਂ ਫੈਸਿਲਿਟੀ ਆਈ ਜਾਣੀਆਂ ਦੇ ਦਿੱਤੀਆਂ ਮੈਨੂੰ ਤਾਂ ਲੱਗਦਾ ਕਿ ਲੋਕ ਤਾਂ ਇਹ ਵੀ ਕਹਿੰਦੇ ਹੋਣੇ ਭਾਵੇਂ ਲੋਨ ਲੈ ਕੇ ਕਿਉਂ ਨੂੰ ਇੱਥੇ ਆਈਏ ਵਾਹਿਗੁਰੂ ਵਾਹਿਗੁਰੂ ਬਿਲਕੁਲ ਜੀ ਹੈ ਨਾ ਪਾਪਾ ਸੇ ਬਾਤ ਕਰੇ ਮੰਮਾ ਸੇ ਕਿ ਦਾਦੀ ਕਿ ਦਾਦੂ ਸੇ ਕਰੇ ਪਹਿਲੇ ਦਾਦੂ ਸੇ ਕਰ ਲੋ ਹੈ ਦਾਦੂ ਸੇ ਸ਼ੁਰੂਆਤ ਕਰਦੇ ਆ ਬੜੇ ਹੈ ਨਾ ਛੋਟੇ ਔਰ ਬੜੇ ਸੇ ਸ਼ੁਰੂਆਤ ਹੋਣੀ ਚਾਹੀਏ ਹੈ ਨਾ ਹਾਂ ਕੀ ਬਾਤ ਹੈ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਪੰਜਾਬੀ 'ਚ ਗੱਲ ਕਰੀਏ ਹਿੰਦੀ 'ਚ ਆਪਾਂ ਜੋ ਚੱਲੇਗਾ ਪੰਜਾਬ ਤੋਂ ਹੀ ਤੁਸੀਂ ਹਾਂਜੀ ਅੰਮ੍ਰਿਤਸਰ ਤੋਂ ਹਾਂ ਫਿਰ ਤਾਂ ਪੰਜਾਬੀ ਵਿੱਚ ਮੇਰੇ ਖਿਆਲ ਆਪਾਂ ਹਾਂਜੀ ਹੋਰ ਆਂਟੀ ਕੀ ਹਾਲ ਚਾਲ ਬਹੁਤ ਵਧੀਆ ਕਿਰਪਾ ਹਾਂਜੀ ਕਿਵੇਂ ਲੱਗ ਰਿਹਾ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਸਾਡੇ ਬੱਚਿਆਂ ਦੀ ਅੱਜ ਐਨਿਵਰਸਰੀ ਹੈਗੀ ਹੈ ਅੱਛਾ ਵੈਡਿੰਗ ਐਨਿਵਰਸਰੀ ਇਹਨਾਂ ਦੀ ਕੀ ਬਾਤ ਹੈ ਹੈਪੀ ਐਨਿਵਰਸਰੀ ਪੂਰਾ ਇਹ ਬੇਟਾ ਬਹੁਤ ਇੰਟਰਸਟਿਡ ਹੁੰਦਾ ਕਿ ਜਗ੍ਹਾ ਜਗ੍ਹਾ ਜਾਣਾ ਔਰ ਕਈ ਜਗ੍ਹਾ 'ਤੇ ਜਾਂਦਾ ਰਹਿੰਦਾ ਹਿਲ ਸਟੇਸ਼ਨ ਔਰ ਆਊਟਿੰਗ ਇਹਦੀ ਜ਼ਿਆਦਾ ਬਾਹਰ ਹੁੰਦੀ ਪਰ ਇਹਨੂੰ ਇਹ ਜਗ੍ਹਾ ਦਾ ਦੇਖਿਆ ਸੀ ਇਹਨੂੰ ਸੁਣਿਆ ਸੀ ਫਿਰ ਉਸ ਤੋਂ ਬਾਅਦ ਇਹਨੂੰ ਬਹੁਤ ਅੱਛਾ ਲੱਗਾ ਮੈਂ ਜੀ ਅੰਮ੍ਰਿਤਸਰ ਤੋਂ ਮੇਰਾ ਨਾਮ ਸਤੀਸ਼ ਮਹਿਰਾ ਹੈ ਅੱਛਾ ਜੀ ਮੈਂ ਆਪਣੀ ਫੈਮਿਲੀ ਨਾਲ ਇਹ ਮੇਰੇ ਬ੍ਰਦਰ ਦੀ ਫੈਮਿਲੀ ਹੈ ਮੇਰੇ ਬੇਟੇ ਹੈ ਡਾਟਨ ਲਾਭ ਹੈ ਚਲੋ ਸਭ ਤੋਂ ਖੁਸ਼ੀ ਦੀ ਗੱਲ ਤਾਂ ਇਹ ਮੈਨੂੰ ਬਹੁਤ ਵਧੀਆ ਲੱਗਾ ਕਿ ਤੁਹਾਡੇ ਬ੍ਰਦਰ ਦੀ ਫੈਮਿਲੀ ਹੈ ਨਾ ਹਾਂਜੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਬਹੁਤ ਘੱਟ ਪਰਿਵਾਰ ਇੱਦਾਂ ਦੇ ਮਿਲਦੇ ਆ ਕਿ ਜਿਹੜੇ ਚਾਚੇ ਤਾਏ ਜਿਹੜੇ ਇਕੱਠੇ ਇੰਜੋਏ ਕਰਨ ਜ਼ਿਆਦਾਤਰ ਤਾਂ ਦੇਖੀਦਾ ਪੰਜਾਬ ਦੇ ਵਿੱਚ ਕਿ ਬਾਹਰ ਵੀ ਸਾਰੇ ਕੰਧਾਂ ਹੀ ਪਈਆਂ ਹੋਈਆਂ ਨਹੀਂ ਇੱਥੇ ਸਾਡੀ ਫੈਮਿਲੀ 'ਚ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਵੀ ਸੈਲੀਬ੍ਰੇਸ਼ਨ ਹੁੰਦੀ ਆ ਅੱਜ ਮੇਰੇ ਬੇਟੇ ਦੀ ਮੈਰਿਜ ਐਨਵਰਸਰੀ ਹੈ ਅਸੀਂ ਸਪੈਸ਼ਲ ਅੰਮ੍ਰਿਤਸਰ ਤੋਂ 160-170 ਕਿਲੋਮੀਟਰ ਸਫ਼ਰ ਕਰਕੇ ਆਏ ਹਾਂ ਸਪੈਸ਼ਲ ਇਸ ਜਗ੍ਹਾ ਦੇ ਬਾਰੇ ਸੁਣਿਆ ਸੀ ਬਹੁਤ ਅੱਛੀ ਜਗ੍ਹਾ ਬੜਾ ਅੱਛਾ ਲੱਗਿਆ ਆ ਗਿਆ ਇੱਥੇ ਇਹਨਾਂ ਦੀ ਹੋਸਪਿਟੈਲਿਟੀ ਬਹੁਤ ਅੱਛੀ ਹੈ ਸਰਵਿਸ ਵਗੈਰਾ ਬਹੁਤ ਅੱਛੀ ਰੂਮਸ ਔਰ ਖਾਣਾ ਇਹਨਾਂ ਦਾ ਬੜਾ ਅੱਛਾ ਡੀਸੈਂਟ ਜਿਹੜੀ ਹੈ ਇੱਥੇ ਸਰਵਿਸ ਹੈ ਤੁਹਾਨੂੰ ਬਹੁਤ ਅੱਛਾ ਲੱਗਿਆ ਅੰਕੁ ਜੀ ਸਾਡੇ ਦੈਨਿਕ ਉਜਾਲਾ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਪਰਮਾਤਮਾ ਕਰੇ ਕਿ ਆ ਜਿਹੜਾ ਦਿਨ ਤੁਹਾਡਾ ਹਰ ਸਾਲ ਇਸੇ ਤਰ੍ਹਾਂ ਹੀ ਪੂਰਾ ਪਰਿਵਾਰ ਇਕੱਠਾ ਇਸੇ ਤਰ੍ਹਾਂ ਹੀ ਆਉਂਦਾ ਰਹੇ ਤਾਂ ਇੰਜੋਏ ਕਰਦਾ ਰਹੇ ਤੁਹਾਨੂੰ ਕਿਵੇਂ ਲੱਗਾ ਜੀ ਬਹੁਤ ਵਧੀਆ ਜਿਸ ਤਰ੍ਹਾਂ ਸੁਣਿਆ ਸੀ ਮੈਂ ਯੂਟਿਊਬ ਦੇ ਉੱਪਰ ਦੇਖਿਆ ਸੀ ਪਰ ਆ ਕੇ ਤਾਂ ਬਿਲਕੁਲ ਲਾਈਵ ਜਿਹੜੀ ਐਂਬੀਅੰਸ ਦੇਖੀ ਇਹਦੀ ਬਹੁਤ ਮਜ਼ੇਦਾਰ ਐਂਬੀਅੰਸ ਹੈ ਫਿਰ ਕੈਟਰਿੰਗ ਵਗੈਰਾ ਖਾਣਾ ਵਗੈਰਾ ਬਹੁਤ ਵਧੀਆ ਪੂਲ ਵਗੈਰਾ ਬੜਾ ਵਧੀਆ ਮਤਲਬ ਕਿ ਇੰਜੋਏਬਲ ਹੈ ਏਰੀਆ ਸਾਰਾ ਇਹਨਾਂ ਫਸਟ ਡੇ ਆਪਣਾ ਹਾਂਜੀ 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 ਮੈਂ ਫਸਟ ਡੇ ਮਤਲਬ ਅੱਜ ਪਹਿਲਾ ਦਿਨ ਹਾਂਜੀ ਹਾਂਜੀ ਅੱਜ ਨਾਈਟ ਸਟੇ ਕਰਾਂਗੇ ਅਸੀਂ ਇੱਥੇ ਪਹਿਲੇ ਦਿਨ ਹੀ ਇੱਥੇ ਹਾਂਜੀ 1 ਵਜੇ ਪਹੁੰਚੇ ਹਾਂਜੀ 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 ਤੇ ਉਹ ਅਭੀ ਰੁਕੋਗੇ 2-4 ਦਿਨ ਜਾਂ ਨਹੀਂ ਅੱਜ ਇੰਜੋਏ ਕਰਕੇ ਨੈਕਸਟ ਮੰਥ ਆਏ ਭਾਜੀ ਹਾਂਜੀ ਇੰਜੋਏ ਕਰ ਅਸੀਂ ਭਾਜੀ ਇੰਜੋਏ ਕਰਨ ਆਇਆ ਬਹੁਤ ਵਧੀਆ ਹੈ ਸਾਡਾ ਬ੍ਰਦਰ ਅੱਜ ਐਨੀਵਰਸਰੀ ਹੈ ਸਾਨੂੰ ਵੀ ਇਹਨੇ ਫੋਨ ਕੀਤਾ ਜ਼ੀਰਕਪੁਰ ਤੋਂ ਪਹੁੰਚ ਜਾਓ ਡੁਬਈ ਵਾਲਿਆਂ ਦੀ ਗੱਲਬਾਤ ਹੀ ਅਲੱਗ ਹੁੰਦੀ ਡੁਬਈ ਤੇ ਨਜ਼ਾਰੇ ਵੱਖਰੇ ਆ ਮਾਰੀ ਯਾਰ ਕੈਮਰਾ ਯਾਰ ਡੁਬਈ ਕੀ ਭਾਜੀ ਨਾਂ ਆਪਣਾ ਮੇਰਾ ਨਾਮ ਸੰਕੇਤ ਹੈ ਜੀ ਸੰਕੇਤ ਮੇਰਾ ਰੀਅਲ ਬ੍ਰਦਰ ਆ ਤੇ ਮੈਂ ਡੁਬਈ ਰਹਿ ਰਿਹਾ ਅੱਜ ਕੱਲ ਹਾਂ ਮੈਂ ਡੁਬਈ ਆ ਪਿਛਲੇ 10 ਸਾਲਾਂ ਤੋਂ ਤੇ ਐਕਚੁਅਲੀ ਵੈਕੇਸ਼ਨ ਤੇ ਆਇਆ ਮੈਨੂੰ ਇੱਕ ਸੱਚ ਦੱਸਿਓ ਡੁਬਈ ਦਾ ਨਜ਼ਾਰਾ ਕਿ ਇੱਥੇ ਬਰਾਬਰ ਹੀ ਆ ਦੋਨੋਂ ਪਾਸੇ ਬਰਾਬਰ ਆ ਮੈਂ 10 ਸਾਲ ਹੁਣ ਦੁਬਈ ਗੁਜ਼ਾਰੇ ਨੇ ਤੇ ਘਰ ਨੂੰ ਤੇ ਮਿਸ ਕਰਦੇ ਹੀ ਆ ਖੈਰ ਹੁਣ ਮੈਂ ਵੈਕੇਸ਼ਨ ਤੇ ਆਇਆ ਸੀ ਤੇ ਐਨੀਵਰਸਰੀ ਹੀ ਆਣਾ ਦੇ ਨਜ਼ਾਰੇ ਥੋੜੇ ਵੱਖਰੇ ਵੀ ਹੈਗੇ ਨਹੀਂ ਵੱਖਰੇ ਨਹੀਂ ਨੇ ਸਾਨੂੰ ਤੇ ਨਹੀਂ ਲੱਗਦੇ ਜਿੱਥੇ ਫੈਮਿਲੀ ਇਕੱਠੀ ਹੋ ਜਾਏ ਉਹ ਨਜ਼ਾਰੇ ਜ਼ਿਆਦਾ ਵਧੀਆ ਨੇ ਤੇ ਅਸੀਂ ਆਏ ਹਾਂ ਜ਼ੀਰਕਪੁਰ ਤੋਂ ਮੈਂ ਮੇਰੀ ਵਾਈਫ ਤੇ ਮੇਰਾ ਬੇਟਾ ਬ੍ਰਦਰ ਦੀ ਸੈਲੀਬ੍ਰੇਸ਼ਨ ਕਰਨ ਤੇ ਅਸੀਂ ਪੁੱਜੇ ਹਾਂ ਤੇ ਹੁਣ ਬਸ ਸੈਲੀਬ੍ਰੇਸ਼ਨ ਔਨ ਹੈ ਤੇ ਰਾਤ ਤੱਕ ਔਨ ਹੀ ਰਹਿਣੀ ਹੈ